ਕੋਈ ਕੌਮਾਂਤਰੀ ਦੇ ਮਾਰਿਆ ਛਾਪਾ ਘਰੋਂ, ਚਲ ਰਿਸ਼ਵਤ ਖੋਰ ਸੀਗਾ ਘਰੋਂ ਤਾਂ ਮਿਲਣਾ ਹੀ ਮਿਲਣਾ। ਸੋਫੇ, ਚਾਰ ਡਰਾਇੰਗ ਰੂਮ, ਡਰਾਇੰਗ ਰੂਮਾਂ ਦੇ ਨਾਮ ਰੱਖੇ ਹੋਏ ਨੇ ਜਿਵੇਂ ਹੁੰਦਾ ਸੀ ਦਰਬਾਰੇ ਆਮ, ਦਰਬਾਰੇ ਖਾਸ, ਐਂ ਰਾਜਿਆਂ ਦੇ ਮਹਿਲਾਂ 'ਚ ਚਾਰ ਡਰਾਇੰਗ ਰੂਮ, ਸੋਨੇ ਦੀਆਂ ਟੂਟੀਆਂ ਬਾਥਰੂਮਾਂ 'ਚ, ਇਟਲੀ ਦਾ ਪੱਥਰ ਮਾਰਬਲ। ਚਲੋ ਇਹ ਤਾਂ ਥਿਉਣੀ ਥਿਉਣਾ ਸੀ। ਇੱਕ ਹੋਰ ਚੀਜ਼ ਥੀ, ਨੋਟ ਗਿਣਨ ਵਾਲੀ ਮਸ਼ੀਨ ਘਰੋਂ। ਤੁਹਾਡੇ ਕਿਸੇ ਦੇ ਘਰੇ ਨੋਟ ਗਿਣਨ ਵਾਲੀ ਮਸ਼ੀਨ ਹੈਗੀ? ਨੋਟ ਹੀ ਨਹੀਂ ਹੈਗੇ, ਮਸ਼ੀਨ ਕਿੱਥੋਂ ਲਿਆਉਣੀ? ਮਸ਼ੀਨ ਕਾਹਦੇ ਵਾਸਤੇ ਲਿਆਉਣੀ? ਸਾਡੇ ਨੋਟ ਹੈ ਨਹੀਂ ਗਰੀਬ ਕੋਲੇ। ਨੋਟ ਗਿਣਨ ਵਾਲੀ ਮਸ਼ੀਨ ਤਾਂ ਬੈਂਕ 'ਚ ਹੋ ਸਕਦੀ ਹੈ, ਘਰੇ ਕੀ ਕਰਦੀ ਹੈ? ਇਹਦਾ ਮਤਲਬ ਇਹੀ ਸਬੂਤ ਹੈ ਕਿ ਉਹ ਇੰਨੇ ਪੈਸੇ ਰੋਜ਼ ਲਿਆਉਂਦਾ ਸੀ ਲੋਕਾਂ ਦੇ ਲੁੱਟ ਕੇ, ਕਿ ਉਹਦੇ ਟੱਬਰ ਨੇ ਵੀ ਕਹਿਤਾ ਵੀ ਸਾਥੋਂ ਰੋਜ਼ ਰੋਜ਼ ਗਿਣੇ ਨਹੀਂ ਜਾਂਦੇ, ਮਸ਼ੀਨ ਮੰਗਾ ਲਾ, ਮਸ਼ੀਨਾਂ ਫੜੇ ਜਾਂਦੇ ਇਹਨਾਂ ਘਰਾਂ 'ਚੋਂ, ਫਿਰ ਬਖਸ਼ਦੀ ਇਹਨਾਂ ਨੂੰ? ਮੈਂ ਜਾਣਦਾ ਨਹੀਂ, ਕਰਦਾ ਨਹੀਂ, ਮੈਂ ਕਦੇ ਮਿਲਿਆ ਵੀ ਨਹੀਂ ਉਹਨਾਂ ਨੂੰ ਜਿਹਨਾਂ ਨੂੰ ਕਹਿੰਦੇ ਨਾ ਜੀ ਬਦਲਾਖੋਰੀ। ਮੇਰੀ ਕੀ ਬਦਲਾਖੋਰੀ ਹੋ ਸਕਦੀ? ਉਹ ਇੱਕ ਮੰਤਰੀ ਦੇ ਮਾਰਿਆ ਛਾਪਾ ਘਰੋਂ, ਚਲ ਰਿਸ਼ਵਤ ਖੋਰ ਸੀਗਾ ਘਰੋਂ ਤਾਂ ਮਿਲਣਾ ਹੀ ਮਿਲਣਾ। ਸੋਫੇ, ਚਾਰ ਡਰਾਇੰਗ ਰੂਮ, ਡਰਾਇੰਗ ਰੂਮਾਂ ਦੇ ਨਾਮ ਰੱਖੇ ਹੋਏ ਨੇ ਜਿਵੇਂ ਹੁੰਦਾ ਸੀ ਦਰਬਾਰੇ ਆਮ, ਦਰਬਾਰੇ ਖਾਸ, ਐਂ ਰਾਜਿਆਂ ਦੇ ਮਹਿਲਾਂ 'ਚ ਚਾਰ ਡਰਾਇੰਗ ਰੂਮ, ਸੋਨੇ ਦੀਆਂ ਟੂਟੀਆਂ ਬਾਥਰੂਮਾਂ 'ਚ, ਇਟਲੀ ਦਾ ਪੱਥਰ ਮਾਰਬਲ। ਚਲੋ ਇਹ ਤਾਂ ਥਿਉਣੀ ਥਿਉਣਾ ਸੀ। ਇੱਕ ਹੋਰ ਚੀਜ਼ ਥੀ, ਨੋਟ ਗਿਣਨ ਵਾਲੀ ਮਸ਼ੀਨ ਘਰੋਂ। ਤੁਹਾਡੇ ਕਿਸੇ ਦੇ ਘਰੇ ਨੋਟ ਗਿਣਨ ਵਾਲੀ ਮਸ਼ੀਨ ਹੈਗੀ? ਨੋਟ ਹੀ ਨਹੀਂ ਹੈਗੇ, ਮਸ਼ੀਨ ਕਿੱਥੋਂ ਲਿਆਉਣੀ? ਮਸ਼ੀਨ ਕਾਹਦੇ ਵਾਸਤੇ ਲਿਆਉਣੀ? ਸਾਡੇ ਨੋਟ ਹੈ ਨਹੀਂ ਗਰੀਬ ਕੋਲੇ। ਨੋਟ ਗਿਣਨ ਵਾਲੀ ਮਸ਼ੀਨ ਤਾਂ ਬੈਂਕ 'ਚ ਹੋ ਸਕਦੀ ਹੈ, ਘਰੇ ਕੀ ਕਰਦੀ ਹੈ? ਇਹਦਾ ਮਤਲਬ ਇਹੀ ਸਬੂਤ ਹੈ ਕਿ ਉਹ ਇੰਨੇ ਪੈਸੇ ਰੋਜ਼ ਲਿਆਉਂਦਾ ਸੀ ਲੋਕਾਂ ਦੇ ਲੁੱਟ ਕੇ, ਕਿ ਉਹਦੇ ਟੱਬਰ ਨੇ ਵੀ ਕਹਿਤਾ ਵੀ ਸਾਥੋਂ ਰੋਜ਼ ਰੋਜ਼ ਗਿਣੇ ਨਹੀਂ ਜਾਂਦੇ, ਮਸ਼ੀਨ ਮੰਗਾ ਲਾ, ਮਸ਼ੀਨਾਂ ਫੜੇ ਜਾਂਦੇ ਇਹਨਾਂ ਘਰਾਂ 'ਚੋਂ, ਫਿਰ ਬਖਸ਼ਦੀ ਇਹਨਾਂ ਨੂੰ? ਮੈਂ ਜਾਣਦਾ ਨਹੀਂ, ਕਰਦਾ ਨਹੀਂ, ਮੈਂ ਕਦੇ ਮਿਲਿਆ ਵੀ ਨਹੀਂ ਉਹਨਾਂ ਨੂੰ ਜਿਹਨਾਂ ਨੂੰ ਕਹਿੰਦੇ ਨਾ ਜੀ ਬਦਲਾਖੋਰੀ। ਮੇਰੀ ਕੀ ਬਦਲਾਖੋਰੀ ਹੋ ਸਕਦੀ?